ਵੀਰ ਜੀ, ਇੱਕ ਗੱਲ ਦੱਸੋ, ਵਾਹਿਗੁਰੂ ਸਿਮਰਨ ਕਰੇ ਤੇ ਪ੍ਰਕਾਸ਼ ਹੁੰਦਾ, ਜਾਂ ਕੋਈ ਮੂਲ ਮੰਤਰ ਕਰਦਾ ਹੋਵੇ ਡੇਲੀ, ਫਿਰ ਪ੍ਰਕਾਸ਼ ਨਹੀਂ ਹੋ ਸਕਦਾ ਕਿ ਵਾਹਿਗੁਰੂ ਸਿਮਰਨ ਦੇ ਨਾਲ ਹੀ ਹੁੰਦਾ? ਦੇਖੋ, ਵਾਹਿਗੁਰੂ ਆਪਾਂ ਜੋ ਗੁਰਬਾਣੀ ਵਿੱਚ ਸਾਨੂੰ ਤਰੀਕਾ ਦੱਸਿਆ ਨਾ, ਆਪਾਂ ਤਾਂ ਤਰੀਕੇ ਦੇ ਅਕੋਰਡਿੰਗ ਚੱਲਣਾ ਆ। ਜਿਹੜਾ ਤਰੀਕਾ ਆ ਨਾ, ਉਹ ਹੈ ਗੁਰਮੰਤਰ ਤੋਂ ਸ਼ੁਰੂ ਹੁੰਦਾ ਕਿ ਗੁਰੂ ਦੁਆਰਾ ਸਾਨੂੰ ਮੰਤਰ ਦਿੱਤਾ ਜਾਂਦਾ, ਉਸ ਮੰਤਰ ਨੂੰ ਜਪਦੇ ਜਪਦੇ, ਜਿਵੇਂ ਆਪਾਂ ਸੁਣਦੇ ਹਾਂ ਨਾ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਇਸ ਤਰ੍ਹਾਂ ਵਾਹਿਗੁਰੂ ਗੁਰਮੰਤਰ ਵੀ ਮਨ ਨੂੰ ਭਵ ਸਾਗਰ ਤੋਂ ਪਾਰ ਲੈ ਜਾਂਦਾ। ਸ਼ਬਦ ਜਿੰਨਾ ਛੋਟਾ ਹੋਵੇਗਾ, ਓਨੀ ਹੀ ਜਲਦੀ ਮਨ ਭਵ ਸਾਗਰ ਪਾਰ ਕਰੇਗਾ। ਅਤੇ ਜੇ ਆਪਾਂ ਸ਼ਬਦ ਲੰਬੇ ਲੰਬੇ ਸ਼ਬਦਾਂ ਦਾ ਅਭਿਆਸ ਕਰਦੇ ਹਾਂ ਤਾਂ ਮਨ ਸਹਿਜ ਦੇ ਵਿੱਚ ਜ਼ਰੂਰ ਆਵੇਗਾ। ਬਾਕੀ ਪ੍ਰਕਾਸ਼ ਹੋਣ ਦੀ ਗੱਲ, ਵਾਹਿਗੁਰੂ ਦੇਖੋ, ਇਹ ਤਾਂ ਮਾਲਕ ਦੇ ਨਾਲ ਪਿਆਰ ਪਿਆਰ ਦੀ ਗੱਲ ਆ, ਜਾਂ ਮਾਲਕ ਤੇ ਹੀ ਡਿਪੈਂਡ ਕਰਦਾ। ਕਈ ਅਸੀਂ ਅਜਿਹੇ ਨਾਮ ਅਭਿਆਸੀ ਵੀ ਵੇਖੇ ਆ ਜੋ ਅਭਿਆਸ ਵੀ ਨਹੀਂ ਕਰਦੇ, ਨਾ ਮੂਲ ਮੰਤਰ ਨਾ ਵਾਹਿਗੁਰੂ, ਉਹਨਾਂ ਨੇ ਵੀ ਪ੍ਰਕਾਸ਼ ਦੇ ਦਰਸ਼ਨ ਕੀਤੇ ਨੇ, ਉਹਨਾਂ ਨੂੰ ਵੀ ਪ੍ਰਕਾਸ਼ ਹੁੰਦਾ ਹੈ, ਮਾਲਕ ਝਲਕਾਰਾ ਦਿੰਦੇ ਨੇ, ਇਸ਼ਾਰੇ ਕਰਦੇ ਨੇ। ਸੋ ਆਪਾਂ ਦਾ ਤਰੀਕੇ ਦੇ ਅਕੋਰਡਿੰਗ ਚੱਲਣਾ ਆ ਜੋ ਬਾਣੀ ਦੇ ਵਿੱਚ ਸਾਨੂੰ ਤਰੀਕਾ ਦੱਸਿਆ। ਬਾਣੀ ਦੇ ਵਿੱਚ ਸਾਨੂੰ ਕਿਤੇ ਵੀ ਨਹੀਂ ਦੱਸਿਆ ਕਿ ਤੁਸੀਂ ਮੂਲ ਮੰਤਰ ਨੂੰ ਜਪ ਕੇ ਅੱਗੇ ਜਾਓ, ਨਾਮ ਦਾ ਸਹਾਰਾ ਲੈ ਕੇ ਅੱਗੇ ਜਾਣ ਨੂੰ ਆਖਿਆ, ਸਿਮਰਨ ਕਰਨ ਨੂੰ ਆਖਿਆ। ਜਿਵੇਂ ਮਾਲਕ ਦਾ ਆਪਾਂ ਨਾਮ ਰੱਖਿਆ ਨਾ ਵਾਹਿਗੁਰੂ, ਸਿੱਖਾਂ ਦੇ ਵਿੱਚ ਆਪਾਂ ਮਾਲਕ ਨੂੰ ਕਿਸ ਨਾਮ ਨਾਲ ਯਾਦ ਕਰਦੇ ਹਾਂ? ਵਾਹਿਗੁਰੂ। ਸੋ ਵਾਹਿਗੁਰੂ ਵਾਹਿਗੁਰੂ ਕਰਦੇ ਕਰਦੇ ਆਪਾਂ ਭਵ ਸਾਗਰ ਤੋਂ ਪਾਰ ਹੋ ਜਾਣਾ, ਅੰਤਰਗਤ ਹੋ ਜਾਣਾ। ਅੰਤਰਗਤ ਹੋ ਕੇ ਜਦੋਂ ਆਪਾਂ ਉਸ ਦਰ 'ਤੇ ਬੈਠਦੇ ਹਾਂ ਜਿਸ ਦਰ 'ਤੇ ਸਾਨੂੰ ਹਨੇਰਾ ਦਿਖਾਈ ਦਿੰਦਾ, ਕਿਉਂਕਿ ਉਹ ਦਰ ਬੰਦ ਆ, ਜਿਸ ਨੂੰ ਦਸਮ ਦੁਆਰ ਕਹਿੰਦੇ ਨੇ, ਉੱਥੇ ਅਨਹਦ ਸ਼ਬਦਾਂ ਦੀ ਸੇਵਾ ਕਰਦੇ ਕਰਦੇ ਮਨ ਜੀਵ 'ਤੇ ਖੁਸ਼ ਹੁੰਦੇ ਨੇ। ਜਦੋਂ ਖੁਸ਼ ਹੁੰਦੇ ਨੇ ਤਾਂ ਉਹ ਦਰ ਖੋਲ੍ਹਦੇ ਨੇ, ਅਤੇ ਜਦੋਂ ਉਹ ਦਰ ਖੁੱਲ੍ਹਦਾ ਹੈ ਉਦੋਂ ਪ੍ਰਕਾਸ਼ ਹੁੰਦਾ ਹੈ। ਬਾਕੀ ਜੇ ਕੋਈ ਜੀਵ ਮੂਲ ਮੰਤਰ ਕਰਦਾ ਕਰਦਾ ਭਵ ਸਾਗਰ ਤੋਂ ਪਾਰ ਹੋ ਸਕਦਾ ਹੈ ਜਾਂ ਹੋਣਾ ਚਾਹੁੰਦਾ ਹੈ, ਵਾਹਿਗੁਰੂ ਇਹ ਤਾਂ ਅਭਿਆਸ ਕਰਨ ਵਾਲੇ ਦੇ ਸਿਰ 'ਤੇ ਡਿਪੈਂਡ ਕਰਦਾ ਨਾ, ਉਹ ਕੀ ਜਪਣਾ ਚਾਹੁੰਦਾ ਆ। ਇਸੇ ਵਾਸਤੇ ਤਾਂ ਸੰਗਤ ਕਰਨੀ ਹੁੰਦੀ ਆ ਗੁਰਮੁਖਾਂ ਦੀ, ਜਾ ਕੇ ਕਿ ਮਨ ਦੇ ਵਿੱਚੋਂ ਸਾਰੇ ਹੀ ਤਰ੍ਹਾਂ ਦੇ ਭਰਮ ਉਤਰ ਜਾਣ। ਇਹ ਨਹੀਂ ਹੈ ਕਿ ਅਸੀਂ ਮੂਲ ਮੰਤਰ ਜਪ ਨਹੀਂ ਸਕਦੇ, ਉਹਦਾ ਜਾਪ ਅਸੀਂ ਕਰ ਨਹੀਂ ਸਕਦੇ। ਉਹਦਾ ਜਾਪ ਕਰਨ ਦੇ ਨਾਲ ਮਨ ਸਹਿਜ ਵਿੱਚ ਰਹਿੰਦਾ ਹੈ, ਮਨ ਦੇ ਫੁਰਨੇ ਜ਼ਰੂਰ ਘਟਦੇ ਨੇ, ਪਰ ਹੁਣ ਮੂਲ ਮੰਤਰ ਨੂੰ ਆਪਾਂ ਦਿਲ ਦੀ ਧੜਕਣ ਦੇ ਨਾਲ ਕਿਵੇਂ ਕਰਾਂਗੇ, ਸਵਾਸਾਂ ਦੇ ਨਾਲ ਕਿਵੇਂ ਕਰਾਂਗੇ, ਸਵਾਸ ਗਰਾਸ ਕਿਵੇਂ ਜਪਾਂਗੇ? ਮਹਾਰਾਜ ਤਾਂ ਸਾਨੂੰ ਗੁਰਬਾਣੀ ਦੇ ਵਿੱਚ ਸਵਾਸ ਗਰਾਸ ਜਪਣ ਨੂੰ ਕਹਿੰਦੇ ਨੇ, ਨਿੱਤ ਜਪੀਏ ਸਵਾਸ ਗਰਾਸ ਨਾਉ ਪਰਵਤ, ਕਹਿੰਦੇ ਉਸ ਪਰਮਾਤਮਾ ਦਾ ਨਾਮ ਸਵਾਸ ਗਰਾਸ ਜਪ। ਜਿਵੇਂ ਸਵਾਸ ਅੰਦਰ ਗਿਆ ਵਾਹੇ, ਅੰਦਰੋਂ ਬਾਹਰ ਨੂੰ ਆਇਆ ਗੁਰੂ। ਸੋ ਵਾਹਿਗੁਰੂ, ਜੋ ਪ੍ਰਕਾਸ਼ ਦੀ ਗੱਲ ਹੈ ਉਹ ਮਾਲਕ ਦੇ ਸਿਰ 'ਤੇ ਹੈ, ਕਿਸ ਜੀਵ ਦੇ ਉੱਤੇ ਖੁਸ਼ ਹੁੰਦੇ ਨੇ। ਜੇ ਤਰੀਕੇ ਦੇ ਨਾਲ ਜਾਣਾ ਹੈ, ਉਹ ਵਾਹਿਗੁਰੂ ਗੁਰਮੰਤਰ ਨੂੰ ਜਪਦੇ ਜਪਦੇ ਹੀ ਸੁਣਨ ਦੇ ਵਿੱਚ ਪ੍ਰਵੇਸ਼ ਕੀਤਾ ਜਾਂਦਾ ਹੈ।